Alo. Bella, ਮੈਨੂੰ ਤੇ ਨਾ ਸੋਚ ਸੋਚ ਕੇ ਨਾ ਬੜੀ ਬੇਇੱਜ਼ਤੀ ਜੀ ਮਹਿਸੂਸ ਹੋਣ ਦੀ ਆ। ਹੋ ਗਈ ਨਾ ਉਹੀ ਗੱਲ ਜੇ ਤੋਂ ਮੈਂ ਡਰਦਾ ਸੀ। ਤੁਹਾਨੂੰ ਲੱਗਦਾ ਕਿ ਸਿਮੂ ਨੇ ਆਹ ਕੰਮ ਕੀਤਾ ਹੋਊਗਾ? ਯਾਰ ਜਦੋਂ ਨਿਕਲ ਹੀ ਆਏ ਉਦੋਂ ਕੋਲ ਤਾਂ ਫਿਰ ਕੀ ਹੈ, ਉਹ ਨਿਆਣੀ ਸੀ, ਇੰਨੇ ਪੈਸੇ ਕਦੀ ਇਕੱਠੇ ਵੇਖੇ ਨਹੀਂ, ਮਨ 'ਚ ਲਾਲਚ ਆ ਗਿਆ। ਸਿੰਮੂ ਇੱਕ ਬੱਚੀ ਆ, ਜੇ ਪੈਸੇ ਵੇਖ ਕੇ ਉਹਦੇ ਮਨ ਦੇ ਵਿੱਚ ਲਾਲਚ ਆਉਂਦਾ ਵੀ ਨਾ, ਤੇ ਉਹਦੇ ਵਿੱਚੋਂ ਇੱਕ ਨੋਟ ਲੈਂਦੀ, ਦੋ ਨੋਟ ਲੈਂਦੀ, ਉਹਨੂੰ ਇੰਨੇ ਪੈਸੇ ਨਾਲ ਕੋਈ ਮਤਲਬ ਹੀ ਨਹੀਂ। ਤੇ ਮੈਨੂੰ ਚੰਗੀ ਤਰ੍ਹਾਂ ਪਤਾ ਵਾ ਕਿ ਇਦਾਂ ਦੇ ਸੰਸਕਾਰ ਉਹਨੂੰ ਸਾਡੇ ਘਰ 'ਚ ਕਿਸੇ ਨੇ ਨਹੀਂ ਦਿੱਤੇ। ਚੋਰੀ ਚਕਾਰੀ ਵਾਲਾ ਕੰਮ ਸਿੰਮੂ ਨੇ ਕੀਤਾ ਹੋਊਗਾ, ਮੇਰਾ ਦਿਲ ਨਹੀਂ ਮੰਨਦਾ। ਬਸ ਬਸ ਇੱਥੇ ਰਹਿਣ ਦੇ, ਤੂੰ ਕੀ ਸਮਝਦੀ ਆ ਕਿ ਪੈਸੇ ਸੋਨੀਆ ਨੇ ਪਾਤੇ ਉਹਦੇ ਕੱਢ ਕੇ ਬੈਗ 'ਚ, ਤੇ ਜਾਂ ਦਵਿੰਦਰ ਨੇ ਕੱਢ ਕੇ ਪਾਤੇ ਬੈਗ 'ਚ? ਇਹ ਤਾਂ ਮੈਨੂੰ ਨਹੀਂ ਪਤਾ, ਪਰ ਰੱਬ ਨੂੰ ਜਾਣ ਦੇਣੀ ਆ। ਮੈਨੂੰ ਇੰਨਾ ਪਤਾ ਵਾ ਵੀ ਸਿੰਮੂ ਇਹ ਕੰਮ ਨਹੀਂ ਕਰ ਸਕਦੀ, ਤੇ ਜੇ ਸਿੰਮੂ ਨੇ ਇਹ ਕੰਮ ਕੀਤਾ ਵੀ ਹੁੰਦਾ ਨਾ, ਤੇ ਸਿੰਮੂ 10 ਸਾਲਾਂ 12 ਸਾਲ ਦੀ ਬੱਚੀ ਆ, ਉਹਨੇ ਆਪਣੇ ਬੈਗ 'ਚ ਪਾ ਲੈਣੇ। ਅੱਜ ਕੱਲ੍ਹ ਬੱਚਿਆਂ ਦੇ ਬੜੇ ਦਿਮਾਗ ਵਾ, ਜੇ ਲੁਕਾਉਣੇ ਹੁੰਦੇ ਘਰ 'ਚ ਕਿਤੇ ਵੀ ਲੁਕਾ ਸਕਦੀ ਸੀ। ਮੈਨੂੰ ਤਾਂ ਖੁਦ ਬੜਾ ਮਹਿਸੂਸ ਹੋਣ ਡਿਆ ਵੀ ਮੈਂ ਆਪਣੇ ਕੋਲ ਲਿਆ ਕੇ ਨਾ ਉੱਤੇ ਹੱਥ ਚੁੱਕਿਆ, ਜਿੱਦਾਂ ਮਰਜ਼ੀ ਸੀ। ਮੰਮੀ ਨੇ ਫੁੱਲਾਂ ਵਾਂਗੂ ਰੱਖੀ ਸੀ, ਮੈਂ ਤਾਂ ਆਪ ਦੁਖੀ ਹੋਈ ਪਈ ਹਾਂ ਉਹ ਤਾਂ ਵੀ ਨਾ ਉਹਦੇ 'ਤੇ ਇੱਦਾਂ ਦੇ ਦਿਨ ਆਉਂਦੇ ਅਤੇ ਨਾ ਮੈਨੂੰ ਲਿਆਉਣਾ ਪੈਂਦਾ। ਪਤਾ ਕੀ ਆ, ਮੇਰੀ ਗੱਲ ਸੁਣੋ, ਤੁਸੀਂ ਹਰ ਵਾਰ ਆਪਣੇ ਪਰਿਵਾਰ ਦੇ ਨਾਲ ਖੜੇ ਹੁੰਦੇ ਹੋ, ਆਪਣੀ ਇੱਜ਼ਤ, ਆਪਣਾ ਟੌਰ, ਮੇਰਾ ਘਰ, ਮੇਰਾ ਸਾਂਝਾ ਪਰਿਵਾਰ, ਕਦੀ ਵੀ ਇਹ ਨਹੀਂ ਸੋਚਿਆ ਮੇਰੇ ਬਾਰੇ ਵੀ ਮੇਰੇ ਪਿੱਛੇ ਕੀ ਆ, ਕਿਸ ਜਗ੍ਹਾ 'ਤੇ ਤਾਂ ਮੇਰੇ ਨਾਲ ਖਲੋਵਾਂ। ਜਦੋਂ ਮੈਂ ਇਹ ਫੈਸਲਾ ਲਿਆ ਸੀ ਨਾ ਕਿ ਚੱਲ ਸਿੰਮੂ ਉੱਥੇ ਨਹੀਂ ਮੰਮੀ ਵੀ ਸਕੂਲ ਭੇਜ ਜਾ ਸਕਦੇ, ਤੇ ਤੁਸੀਂ ਮੈਨੂੰ ਉਸੇ ਦਿਨ ਤੋਂ ਮਨਾ ਕਰ ਦਿੱਤਾ ਸੀ। ਜੇ ਤੁਸੀਂ ਮੈਨੂੰ ਪਰਿਵਾਰ 'ਚ ਕਹਿਣਾ ਹੁੰਦਾ ਵੀ ਕੋਈ ਗੱਲ ਨਹੀਂ ਸਿੰਮੂ ਨੂੰ ਅਸੀਂ 2-4 ਸਾਲ ਪੜ੍ਹਾ ਦਿੰਦੇ ਹਾਂ, ਮੁੜ ਕੇ ਸਿੰਮੂ ਨੇ ਆਪਣਾ ਆਪ ਸੰਭਾਲਣ ਜੋਗੀ ਹੋ ਜਾਣਾ ਮੇਰੀ ਵੀ ਵਾ। ਗੱਲ ਸੁਣ, ਜੇ ਇੱਥੇ ਤੇਰੀ ਬੇਇੱਜ਼ਤੀ ਹੋਈ ਆ ਨਾ ਤੇ ਮੇਰੀ ਵੀ ਉਨੀ ਹੋਈ ਆ। ਮੇਰੀ ਵੀ ਤੇਰੇ ਨਾਲ ਇੱਜ਼ਤ ਵਾ ਤੇ ਤੇਰੇ ਨਾਲ ਹੀ ਬੇਇੱਜ਼ਤੀ ਆ। ਹੁਣ ਮੈਂ ਗੱਲ ਦੱਸਾਂ, ਕੱਲ੍ਹ ਨੂੰ ਕਿਸੇ ਦੀ ਟੂ ਮਛੱਲਾ ਬਾਹਰ ਰਹਿ ਗਿਆ, ਕਿਤੇ ਨਿਆਣੀ ਨੇ ਉਹ ਗਾਂਹ ਪਸਾਂ ਕਰ ਲਿਆ, ਅਤੇ ਜਿਹੜੀ ਬੇਇੱਜ਼ਤੀ ਆ ਨਾ ਉਹ ਤੇਰੀ ਵੀ ਹੁੰਦੀ ਅਤੇ ਮੇਰੀ ਅਲੱਗ ਹੁੰਦੀ ਆ। ਹੋਰ ਦੂਸਰੀ ਗੱਲ ਸੁਣ ਲਾਇਕ, ਹੁਣ ਤਾਂ ਤੇਰੇ ਪੇਕਿਆਂ ਦੀਆਂ ਸਾਰੀਆਂ ਗੱਲਾਂ ਕੋਈ ਨਹੀਂ ਜਾਣਦਾ, ਕੌਣ ਕੀ ਆ ਕਿੱਦਾਂ ਵਾ, ਹੈ ਨਾ? ਅਤੇ ਇੱਦਾਂ ਲੋਕ ਜਦੋਂ ਖਾਨਦਾਨ ਰੋਲਦੇ ਤਾਂ ਮੇਰੇ ਵੀ ਸਹੁਰੇ ਆ, ਮੇਰੀ ਵੀ ਬੇਇੱਜ਼ਤੀ ਹੁੰਦੀ ਆ ਉਹਦੇ ਵਿੱਚ। ਮੈਂ ਤਾਂ ਸੋਨੀਆ ਨੇ ਅੱਖ ਮਿਲਾਉਣ ਨਹੀਂ ਦਿਆ ਉਦਨ ਦੀ, ਵੀ ਕੀ ਕਰਾਂ, ਆਹ ਕੀ ਹੋ ਗਿਆ ਘਰ ਵਿੱਚ ਕੰਮ। ਜਿੱਦਾਂ ਮਰਜ਼ੀ ਵੀ ਆ ਨਾ, ਇਹਦੇ ਪਿੱਛੇ ਜਿਹੜਾ ਵੀ ਸੱਚ ਵਾ ਨਾ, ਉਹ ਮੈਂ ਸਾਹਮਣੇ ਲਿਆ ਕੇ ਛੱਡੂੰਗੀ, ਕਿਉਂਕਿ ਮੈਨੂੰ ਯਕੀਨ ਆ ਕਿ ਸਿੰਮੂ ਚੋਰੀ ਕਦੀ ਨਹੀਂ ਕਰ ਸਕਦੀ। ਚੱਲ ਰੱਬ ਕਰੇ ਤੇਰੀ ਗੱਲ ਸੱਚੀ ਹੋਵੇ ਤੇ ਉਹ ਵਿਚਾਰੀ ਇਸ ਗੁਨਾਹ ਤੋਂ ਮੁਕਤ ਹੋ ਜੇ। ਬਾਕੀ ਪਰ ਇੱਕ ਗੱਲ ਮੇਰੀ ਹੋਰ ਸੁਣ ਲਓ, ਹਾਂ ਜੇ ਮੈਂ ਉਹਨੂੰ ਇੱਥੇ ਪੜ੍ਹਾਉਣ ਵਾਸਤੇ ਲਿਆਂਦਾ ਵਾ ਨਾ, ਤੇ ਰਹਿਣਾ ਉਹਨੇ ਹੁਣ ਇੱਥੇ ਹੀ ਆ, ਤੇ ਪੜ੍ਹਨਾ ਵੀ ਇੱਥੇ ਹੀ ਆ। ਮੇਰੀ ਤਾਂ ਇਹੋ ਰਿਕੁਐਸਟ ਆ ਕਿ ਮੇਰਾ ਸਾਥ ਦਿਓ, ਪਰਿਵਾਰ ਜੋ ਮਰਜ਼ੀ ਕਹਿੰਦਾ ਰਹੇ, ਮੈਨੂੰ ਤੁਹਾਡੇ ਸਾਥ ਦੀ ਲੋੜ ਆ। ਉਹ ਮੈਂ ਸਾਥ ਤੇ ਪਹਿਲਾਂ ਤੋਂ ਵੀ ਦਿੰਦਾ ਆਇਆ, ਹੁਣ ਵੀ ਦਊਂਗਾ, ਪਰ ਮੈਂ ਛੋਟੇ ਮੋਟੀਆਂ ਬਦਨਾਮੀਆਂ ਤੋਂ ਡਰਦਾ। ਹੁਣ ਵੇਖ ਮਾਹੌਲ ਘਰ ਦਾ ਕੀ ਬਣਿਆ ਉਦੋਂ ਦਾ। ਉਹਦੀ ਜ਼ਿੰਮੇਵਾਰੀ ਮੈਂ ਲੈਂਦੀ ਹਾਂ, ਜਦੋਂ ਮੈਨੂੰ ਪਤਾ ਵਾ ਵੀ ਸਿੰਮੂ ਨੇ ਚੋਰੀ ਨਹੀਂ ਕੀਤੀ, ਤੇ ਇਸ ਗੱਲ ਦਾ ਵੀ ਪਤਾ ਲੱਗ ਜੂਗਾ। ਝੂਠ ਦੇ ਜ਼ਿਆਦਾ ਪੈਰ ਨਹੀਂ ਹੁੰਦੇ। ਚਲੋ ਰੱਬ ਕਰੇ ਐਸਾ ਹੀ ਹੋਵੇ। ਇੱਦਾਂ ਕਰਦੀ ਹਾਂ, ਵੇਖਦੀ ਜੇ ਭਿੰਡੀਆਂ ਲੱਗੀਆਂ ਨਾ ਤੇ ਚਾਰ ਆਪਣੇ ਜੋਗੀਆਂ ਭੁੰਨਦੀ ਹਾਂ, ਇਹਨਾਂ ਦਾ ਤਾਂ ਇਹੀ ਕੰਜਰਖਾਨਾ ਰਹਿਣਾ ਵਾ। ਅੰਤਰੀਆਂ ਦਾਲਾਂ ਖਾਈ ਜਾਂਦੀਆਂ ਬਾਈ, ਲੱਗੀਆਂ ਤਾਂ ਇੱਦਾਂ ਹੈਗੀਆਂ। ਲੈ ਮਾਸੀ ਦਾ ਫੋਨ,
ਇਹਨੂੰ ਕਿੱਥੋਂ ਚੇਤਾ ਆ ਗਿਆ ਵਾ, ਇੰਨਾ ਚਿਰ ਹੋ ਗਿਆ ਮੇਰੇ ਵਿਆਹ ਹੋਏ ਨੂੰ, ਸਿਰਫ ਇੱਕ ਵਾਰੀ ਮੇਰੇ ਸਹੁਰੇ ਵੜੀ ਆ, ਜਿਗਰ ਦਾ ਫੋਨ ਤਾਂ ਚੁੱਕਾ ਹੀ ਨਾ। ਚੱਲ ਚੁੱਕ ਲੈਨੀ ਆ। ਹੈਲੋ ਮਾਂ, ਸਤਿ ਸ਼੍ਰੀ ਅਕਾਲ, ਠੀਕ ਠਾਕ ਆ? ਅੱਛਾ, ਉਹ ਨਹੀਂ ਨਹੀਂ ਮੈਂ ਪਿੰਡ ਹੀ ਆਈ ਆ। ਆਹ ਮਾਸੀ ਸੌਖੀ ਆ, ਤੂੰ ਬਸ ਵਹਿਮਾਂ ਭਰਮਾਂ ਚ ਪਿਆ ਰਿਹਾ ਕਰ, ਵੀ ਪਤਾ ਨੀ ਲੜਕੇ ਆ ਗਈ ਖਰੇ, ਮੰਮੀ ਨੂੰ ਮਿਲਣ ਨੂੰ ਜੀ ਕਰਦਾ ਸੀ ਮੇਰਾ, ਮੈਂ ਤਾਂ ਆਈ ਹਾਂ। ਆਹੋ ਠੀਕ ਨੀ ਆ, ਕੀ ਹੋਇਆ ਵਾ? ਲੈ ਓਹੋ, ਮੰਮੀ ਦੇ ਦਵਾਈ ਲੈਣ ਚੱਲੇ ਵੀਰ ਜੀ ਨਾ, ਸ਼ਹਿਰੋਂ ਹੀ ਲਿਆਉਂਦੇ ਆ। ਮੰਮੀ ਆਵੇ, ਚਲ ਕੋਈ ਨੀ, ਮੰਮੀ ਦੇ ਤਿਆਰ ਹੋਏ ਆ, ਮੈਂ ਗੱਲ ਕਰ ਲੈਨੀ ਆ, ਉਹ ਤੁਹਾਡਾ ਸੁਨੇਹਾ ਦੇ ਦਿੰਦੀ ਆ। ਚਲੋ ਠੀਕ ਆ, ਉਦਾਂ ਕਿਤੇ ਫੋਨ ਨੀ ਕਰਨਾ, ਤੇ ਅੱਜ ਇਹ ਮੰਮੀ ਨੂੰ ਘੱਲ ਦੇ, ਉਹਦੇ ਕੋਲ ਵਿਚਾਰੀ ਕੋਲ ਕਿਹੜਾ ਤੁਰਿਆ ਜਾਂਦਾ ਵਾ, ਨਹੁੰ ਦੇ ਲਾਗੇ ਰਹਿਣਾ ਵਾ, ਦੱਸ ਨਹੁੰ ਦੇ ਲਾਗੇ ਜ਼ਰੂਰੀ ਆ। ਮਾਤਾ ਹੋ ਗਈ ਤਿਆਰ, ਚੱਲੀਏ ਫਿਰ। ਹਾਂ ਬੇਟਾ ਹੋ ਗਈ ਮੈਂ ਤਿਆਰ, ਚਲੋ ਚਲੋ। ਵੀਰ ਜੀ ਮੇਰੀ ਗੱਲ ਸੁਣੋ, ਤੁਸੀਂ ਤੇ ਸ਼ਹਿਰ ਨੂੰ ਦਵਾਈ ਲੈਣ ਤਿਆਰ ਹੋ ਗਏ ਜੇ, ਤੇ ਮਾਸੀ ਦਾ ਫੋਨ ਆਇਆ ਵਾ। ਕੀ ਗੱਲ ਹੋ ਗਈ? ਮਾਸੀ ਠੀਕ ਨਹੀਂ, ਜਿਆਦੀ ਜਿਆਦਾ ਨਹੀਂ ਠੀਕ? ਆਹੋ, ਉਹ ਤਾਂ ਮੈਂ ਤੇ ਆਪ ਦਵਾਈ ਲੈਣ ਚੱਲੀ, ਮੈਂ ਠੀਕ ਨਹੀਂ ਜੀ। ਉਹ ਮਾਤਾ ਕੋਈ ਗੱਲ ਨਹੀਂ, ਦਵਾਈ ਮੈਂ ਤੈਨੂੰ ਉੱਥੋਂ ਲੈ ਦਿੰਦਾ ਵਾਂ, ਅਤੇ ਉੱਥੋਂ ਤੈਨੂੰ ਬੱਸੇ ਬਿਠਾ ਦੂੰਗਾ। ਗੱਲ ਪਤਾ ਕੀ ਆ, ਜਾਣਾ ਚਾਹੀਦਾ ਵਾ, ਮਾਸੀ ਨੇ ਸਾਡਾ ਬੜਾ ਕੀਤਾ ਅੱਗੇ, ਅਸੀਂ ਇਹ ਗੱਲ ਨੂੰ ਪਿੱਛੇ ਨਹੀਂ ਪਾ ਸਕਦੇ, ਔਖੀ ਵੇਲੇ ਨਾ ਜਾਣਾ ਚਾਹੀਦਾ ਵਾ। ਮਾਸੀ ਨਹੀਂ ਠੀਕ, ਉਹ ਐਡਮਿਟ ਹੋ ਗਈ ਆ, ਅਤੇ ਕਹਿਣ ਦੇ ਵੀ ਭੈਣ ਨੂੰ ਭੇਜੋ। ਮੰਮੀ ਤੁਸੀਂ ਚੱਲ ਚੱਲੇ ਆ, ਤੁਹਾਨੂੰ ਪਤਾ ਜਿੱਦਾਂ ਘਰ ਵਿੱਚ ਮਾਹੌਲ ਚੱਲਣ ਡਿਆ ਵਾ, ਐਡਾ ਵੱਡਾ ਇਲਜ਼ਾਮ ਅੱਗੇ ਹੀ ਲੱਗ ਗਿਆ ਮੇਰੇ 'ਤੇ, ਅਤੇ ਮੈਂ ਕਿੱਦਾਂ ਇੱਥੇ, ਮੇਰਾ ਸਰੂਗਾ, ਤੁਸੀਂ ਚੱਲ ਚੱਲੇ ਜੇ। ਪੁੱਤ ਕਿਉਂ ਜਾਮ ਲਾਉਣਗੀਆਂ ਭਰਾ ਤੇਰਾ ਘਰ, ਐਡੀ ਚੁਰਤ ਲਾ ਕੇ ਇਹਦੀ ਸਿਰ 'ਤੇ ਲਾਦਣੀ ਹੈ ਜਾਮ? ਉਹ ਤੂੰ ਕਿਹੜੀ ਗੱਲੋਂ ਡਰਦੀ ਆ, ਮੈਂ ਹੈਗਾ ਨਾ ਇੱਥੇ, ਜਿੰਨਾ ਮੈਂ ਘਰ ਦਾ ਮਾਲਕ ਉਨੀ ਤੂੰ ਆ, ਤੈਨੂੰ ਡਰਨ ਦੀ ਜ਼ਰੂਰਤ ਨਹੀਂ ਆ। ਚਲੋ ਕੋਈ ਨਹੀਂ, ਫਿਰ ਮੰਮੀ ਨੂੰ ਉੱਥੋਂ ਬੱਸੇ ਚੜਾ ਦਿਓ, ਮੈਂ ਚੱਲ ਕੇ ਦਵਾਈ ਦਿਵਾ ਕੇ ਉੱਥੋਂ ਚੜਾ ਦੂੰਗਾ। ਚੱਲ ਮਾਤਾ ਹੋ ਤਿਆਰ, ਜਲਦੀ ਕਰ। ਸੋਨੀਆ, ਹਾਂਜੀ ਜੀ, ਰੋਟੀ ਬਣ ਗਈ, ਖਾ ਲਾ ਆਣ ਕੇ। ਰੋਟੀ ਦੀਦੀ ਖਾ ਲੈਨੀ ਆ, ਦੋ ਕੇ ਰਹਿ ਗਏ ਕੱਪੜੇ, ਮੈਂ ਕਿਹਾ ਕੱਢ ਕੇ ਫੇਰ ਹੀ ਆਉਂਦੀ ਆ। ਤੇ ਮੈਂ ਕਹਿੰਦੀ ਖਾ ਲੈਂਦੀ ਪਹਿਲਾਂ। ਨਹੀਂ, ਦੋ ਕੇ ਰਹਿ ਗਏ, ਮੈਨੂੰ ਧੋ ਲਾ ਦੋ, ਤੇ ਦੂਜੀ ਮੇਰੀ ਗੱਲ ਸੁਣੋ, ਕੋਈ ਕੱਪੜਾ ਹੈਗਾ ਤੇ ਹੋਰ ਦੇ ਦਿਓ। ਸਿੰਮੂ ਦਾ ਮੈਂ ਸੂਟ ਵੀ ਲਿਆ ਦਿੰਦੀ ਹਾਂ, ਉਹਨੇ ਪਾ ਕੇ ਮਾਰ ਬੈਗ ਪਹਿਲਾਂ ਜਿਹੜਾ ਲੀੜਾ ਆਪਣੇ ਗਲੋਂ ਲਾਉਂਦੀ ਆਪਣੇ ਬੈਗ 'ਚ ਪਾ ਦਿੰਦੀ, ਮੈਂ ਕਿਹਾ ਹੁਣ ਤੂੰ ਇੱਥੇ ਹੀ ਰਹਿਣਾ ਵਾ, ਰਹਿਣ ਦਿਆ ਕਰ ਕੱਪੜੇ ਪਾ ਲਈ। ਤੇ ਮੰਮੀ ਚੱਲ ਗਈ ਦਵਾਈ ਲੈਣ? ਦਵਾਈ ਲੈਣ ਨਹੀਂ ਚੱਲੇ ਸੀ ਮੰਮੀ ਤੇ ਮਾਸੀ ਦਾ ਫੋਨ ਆ ਗਿਆ ਵੀ ਮਾਸੀ ਨਹੀਂ ਠੀਕ। ਅੱਛਾ, ਇਨਫੈਕਸ਼ਨ ਬੜੀ, ਇੱਕ ਦੋ ਦਿਨ ਐਡਮਿਟ ਕਰਕੇ ਤੇ ਫਿਰ ਕਰਨਗੇ ਟ੍ਰੀਟਮੈਂਟ। ਅੱਛਾ, ਤੇ ਮੰਮੀ ਨੂੰ ਕਿਤੇ ਕਿਹਾ ਹੋਣਾ ਵਾ ਵੀ ਦੀਦੀ ਦੇ ਲਾਗੇ ਆ ਜਾ ਵਹੁਟੀ ਇਕੱਲੀ ਘਰ। ਅੱਛਾ, ਉਹ ਹੁਣ ਦਵਾਈ ਦਵਾ ਕੇ ਤੇ ਉੱਥੇ ਛੱਡ ਆਉਣਾ ਇਹਨਾਂ ਨੇ। ਆਹੋ ਲਿਆ ਦਿੰਦੀ ਫਿਰ, ਲਿਆ ਦੋ ਸੂਟ ਮੈਨੂੰ ਤੇ ਕੱਢ, ਦੋ ਕੁ ਰਹਿ ਕੇ ਧੋ ਕੇ ਤੇ ਫਿਰ ਮੈਂ ਆਉਂਦੀ ਜੇ। ਵਿਰਿੰਦਰ ਰੋਟੀ ਲਿਆਣਾ ਪਾ ਕੇ, ਉਹ ਖਾ ਲੂੰਗੀ ਮੈਂ ਆਪੇ ਰੋਟੀ, ਜਿਹੜੀਆਂ
ਦਵਿੰਦਰ ਦੀ ਛਾਪ ਸੋਨੇ ਦੀ ਤੇ ਸਿਮੂ ਦੇ ਕੱਪੜਿਆਂ 'ਚ ਕਿੱਦਾਂ ਆਈ? ਸੋਨੀਆ ਮੇਰੀ ਗੱਲ ਸੁਣ, ਅੰਦਰ ਆ। ਰੁਕ ਜਾ, ਮੈਂ ਦੀਦੀ ਕੱਪੜੇ ਪਾਵਾਂ। ਮੇਰੀ ਗੱਲ ਤੇ ਸੁਣ। ਹਾਏ ਹਾਏ, ਮੇਰੇ ਕੱਪੜੇ ਤੇ ਪਾ ਲਾਂ ਤੇ ਕੀ ਹੋ ਗਿਆ? ਓਹੋ, ਕੀ ਹੋਇਆ ਦੱਸੋ ਤੇ ਸਹੀ। ਮੇਰੀ ਗੱਲ ਸੁਣ, ਸਿੰਮੂ ਦੇ ਕੱਪੜਿਆਂ ਵਿੱਚੋਂ ਨਾ ਦਵਿੰਦਰ ਦੀ ਛਾਪ ਲੱਭੀ ਆ, ਜਿਹੜੀ ਇਹਨੇ ਹੱਥੀ ਪਾਈ ਸੀ। ਦਵਿੰਦਰ ਦੀ ਛਾਪ? ਉਹ ਵੀ ਸੋਨੇ ਦੀ? ਸੋਨੇ ਦੀ ਆ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਸਿੰਮੂ ਦੇ ਕੱਪੜਿਆਂ ਦੇ ਵਿੱਚ ਕਿੱਦਾਂ ਆਈ, ਤੇ ਦਵਿੰਦਰ ਨੂੰ ਚੇਤਾ ਨਹੀਂ ਕਿਤੇ ਸਿੰਮੂ ਨੂੰ ਫੇਰ ਨਾ ਫਸਾਉਣ ਨੂੰ ਫਿਰਦੀ ਹੋਵੇ। ਉਹ ਤੇ ਵਿਚਾਰੀ ਅੱਗੇ ਉਦਣ ਦੀ ਸਹਿਮੀ ਸਹਿਮੀ ਬਾਹਰ ਹੀ ਨਹੀਂ ਨਿਕਲ ਰਹੀ। ਵੇਖ ਲਾ ਦੀਦੀ, ਮੇਰਾ ਸ਼ੱਕ ਸਹੀ ਹੋਇਆ ਨਾ। ਮੈਨੂੰ ਪੂਰਾ ਸ਼ੱਕ ਸੀ ਵੀ ਛੋਟੀ ਬੱਚੀ ਇਹ ਕੰਮ ਨਹੀਂ ਕਰ ਸਕਦੀ। ਦੀਦੀ, ਜੇ ਪੈਸੇ ਉਹਨੇ ਕੱਢਣੇ ਹੁੰਦੇ ਨਾ ਤਾਂ ਉਹਨੇ ਇੱਕ ਨੋਟ ਕੱਢਣਾ ਜਾਂ ਦੋ ਨੋਟ ਕੱਢਣਾ ਸੀ। ਇੰਨੇ ਪੈਸੇ ਨਾਲ ਉਹਨੂੰ ਕੋਈ ਮਤਲਬ ਹੀ ਨਹੀਂ। ਪਰ ਸੋਨੀਆ, ਛਾਪ ਦੇ ਨਾਲ ਸਿੰਮੂ ਦੇ ਪੈਸੇ ਕੱਢਣ ਦਾ ਕੀ ਤਾਲੁਕ ਆ? ਤੁਸੀਂ ਨਹੀਂ ਜਾਣਦੇ ਇਹ ਕੀ ਚੱਕਰ ਬਣਿਆ ਵਾ। ਤੁਸੀਂ ਛਾਪ ਹੁਣ ਮੈਨੂੰ ਫੜਾ ਦਿਓ, ਮੈਂ ਜਾਣਾ ਤੇ ਮੇਰਾ ਕੰਮ ਜਾਣੇ। ਗੋਲ ਮੋਲ ਗੱਲਾਂ ਨਾ ਕਰ, ਮੈਨੂੰ ਸਿੱਧੀ ਸਿੱਧੀ ਗੱਲ ਦੱਸ। ਸਿੱਧੀ ਸਿੱਧੀ ਗੱਲ ਕੀ ਆ? ਜਦੋਂ ਮੈਂ ਤੁਹਾਨੂੰ ਕਹਿਤਾ ਨਾ ਕਿ ਹੁਣ ਇਹ ਕੰਮ ਸੋਣੀ ਜਾਣੂਗੀ, ਤੁਸੀਂ ਮੈਨੂੰ ਛਾਪ ਫੜਾ ਦਿਓ। ਛਾਪ ਤੇ ਤੂੰ ਲੱਲਾ, ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਛਾਪ ਬੈਗ ਦੇ ਵਿੱਚ ਆਈ ਕਿੱਦਾਂ। ਹੁਣ ਦਵਿੰਦਰੇ, ਤੈਨੂੰ ਮੈਂ ਰਾਏ ਪਾਉਣੀ ਆ। ਤੂੰ ਕੀ ਜਾਣਿਆ ਪੰਗਾ ਕਿਹਦੇ ਨਾਲ ਲਿਆ? ਇਹਨੂੰ ਪਤਾ ਨਹੀਂ ਲੱਗਾ ਦੀਦੀ ਵੀ ਪੰਗਾ ਇਹਨੇ ਲੈ ਕਿਹਦੇ ਨਾਲ ਲਿਆ ਵਾ। ਦੀਦੀ, ਕੋਸ਼ਿਸ਼ ਤੇ ਪੂਰੀ ਕੀਤੀ ਸੀ ਇਹਨੇ ਵੀ ਕੁੜੀ ਇਸ ਘਰ 'ਚ ਨਾ ਰਵੇ, ਪਰ ਕੀ ਕਹਿੰਦੇ ਹੁੰਦੇ, ਚੋਰ ਆਪਣੇ ਪੈਰ ਛੱਡ ਹੀ ਜਾਂਦਾ ਵਾ। ਆਹ ਵੇਖ ਲਓ, ਦਵਿੰਦਰ ਦੀ ਛਾਪ ਸੋਨੇ ਦੀ ਖੁੱਲੀ ਸੀ ਤੇ ਮੈਨੂੰ ਅਜੇ ਕਹਿਣ ਹੀ ਦੇਈ ਸੀ ਵੀ ਮੈਂ ਧਾਗਾ ਦਿੰਨੀ ਇਹਨੂੰ ਵਲੇਟ ਵੀ ਡਿੱਗੇ ਨਾ। ਤੇ ਆਹ ਵੇਖ ਲਓ, ਉਹਨੇ ਹੜਫਦਾਈ ਵਿੱਚ ਪੈਸੇ ਜਦੋਂ ਰੱਖੇ ਆ ਤੇ ਛਾਪ ਕਿਤੇ ਉਹਦੀ ਡਿੱਗ ਪਈ। ਐਵੇਂ ਥੋੜਾ ਕਹਿੰਦੇ ਚੋਰ ਆਪਣੇ ਪੈਰ ਛੱਡ ਹੀ ਜਾਂਦਾ ਵਾ। ਤੇ ਇਹ ਗੱਲ ਆ? ਹਾਂਜੀ, ਤੁਸੀਂ ਬਿਨ ਪੁੱਛਿਆ ਕੁੜੀ ਨੂੰ ਕਿਉਂ ਮਾਰਤਾ ਵਿਚਾਰੀ ਨੂੰ? ਉੱਥੇ ਕਿਉਂ ਜੁਰਮ ਕੀਤਾ ਦੀਦੀ? ਮੈਨੂੰ ਤੇ ਤੁਹਾਡੇ ਤੇ ਗੁੱਸਾ ਚੜਿਆ, ਪਰ ਮੈਂ ਕੀ ਕਰਦੀ, ਮੈਂ ਭਾਜੀ ਸਾਹਮਣੇ ਕੁਛ ਬੋਲੀ ਨਾ। ਪਰ ਦਵਿੰਦਰ ਨੇ ਆਪਣੀ ਚਾਲ ਖੇਡ ਨੂੰ ਬਚੀ ਨਹੀਂ। ਪਰ ਮੇਰੀ ਗੱਲ ਸੁਣ, ਤੈਨੂੰ ਪਤਾ ਵਾ ਵੀ ਦਵਿੰਦਰ ਕਿੰਨੀ ਚਲਾਕ ਆ, ਉਹਨੇ ਇਹ ਗੱਲ ਨੂੰ ਕਦੀ ਵੀ ਨਹੀਂ ਮੰਨਣਾ। ਹੋਵੇ ਨਾ ਤੇ ਉਲਟਾ ਸਿੰਮੂ ਦਾ ਨਾਂ ਲਾ ਦੇ ਫਿਰ। ਮੰਨਣਾ ਆਪਣੇ ਮੂੰਹ ਮੰਨੂਗੀ, ਨਾ ਮੰਨੂਗੀ ਨਾ ਤੇ ਤਾਂ ਦੱਸਿਓ, ਬਸ ਤੁਸੀਂ ਚੁੱਪ ਰਿਹੋ। ਮੇਰੀ ਗੱਲ ਸੁਣ, ਮੈਨੂੰ ਕੋਈ ਲੜਾਈ ਝਗੜਾ ਨਹੀਂ ਚਾਹੀਦਾ। ਲੜਾਈ ਝਗੜਾ? ਸੋਨੀ ਨੇ ਭਚਾਲ ਨਾ ਲਿਆਤਾ ਤੇ ਤਾਂ ਕਿਉਂ? ਬਸ ਤੁਸੀਂ ਬੋਲਿਓ ਨਾ। ਮੈਨੂੰ ਤੇ ਬਸ ਇੰਨਾ ਹੀ ਆ ਵੀ ਸਿੰਮੂ ਦੇ ਮੱਥੇ ਤੇ ਲੱਗੀ ਕਾਲਖ ਸਾਫ਼ ਹੋ ਜੇ, ਹੋਰ ਕੁਛ ਨਹੀਂ ਚਾਹੀਦਾ। ਏਸੀ ਲਾ ਕੇ ਬਹਿੰਦੇ ਆ ਤੇ ਨਾਲੇ ਲਾਉਣੀ ਗੌਰਵ ਨੂੰ ਫੋਨ। ਸੋਨੀ ਤੇ ਲੈਂਦੀ ਆ ਨਜ਼ਾਰੇ। ਹੈਲੋ, ਹਾਂ ਪੁੱਤ ਕਿੱਦਾਂ? ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਠੀਕ ਠਾਕ ਆ? ਤੇ ਪੁੱਤ ਆ ਜਾਣਾ ਸੀ 4 ਦਿਨ, ਤੂੰ ਵੀ ਆ ਜਾ। ਲੈ, ਜੀ ਨਹੀਂ ਲੱਗਦਾ ਹੁਣ ਤੂੰ ਸਿਆਣਾ ਹੋਇਆ, ਅਜੇ ਵੀ ਜੀ ਲੱਗਦਾ ਤੇਰਾ? ਆ ਜਾ, ਬੜੇ ਨਜ਼ਾਰੇ ਆ। ਲੈ ਪੁੱਤ, ਤੇਰੀ ਮਾਂ ਦੀ ਤੇ ਪੂਰੀ ਟੌਹਰ ਹੈ ਇੱਥੇ, ਤੂੰ ਤੀ ਬੋਲਦੀ ਆ। ਉਹ ਪੁੱਤ, ਮੈਨੂੰ ਤਾਂ ਤੇਰੀ ਟੈਨਸ਼ਨ ਖਾਈ ਜਾਂਦੀ ਆ। ਆਹੋ,
ਨਹੀਂ ਹਾਂ ਮਾਂ ਪੁੱਤ ਬੋਲਦੇ ਨਹੀਂ ਕੋ, ਗੱਲ ਗੁੱਲ ਨਹੀਂ ਕੀਤੀ ਵੀ ਮੰਮੀ ਲੈਣ ਜਾਣਾ, ਖਸਮਾਂ ਨੂੰ ਖਾਣ ਨਹੀਂ ਕਰਦੇ ਤੇ। ਤੂੰ ਸਵੇਰੇ ਆ ਜਾ ਮੇਰਾ ਪੁੱਤ, ਸਵੇਰੇ ਚੱਲ ਸਵੇਰੇ ਨਾ ਆਵੀਂ, ਪਰਸੋਂ ਆਵੀਂ। ਨਾਨੀ ਤੇਰੀ ਗਈ ਆ, ਮਾਸੀ ਨਹੀਂ ਠੀਕ ਮੇਰੀ। ਆਹੋ ਲੈ ਬੜੇ ਨਜ਼ਾਰੇ ਆ ਕੇ ਇੱਥੇ, ਇੱਥੇ ਕੋਈ ਹਿੜਕ ਝਿੜਕ ਨਹੀਂ, ਐਂ ਚੱਲਦੀ ਆ ਮੇਰੀ ਪੁੱਤ। ਆਹੋ ਖਸਮਾਂ ਨੂੰ ਖਾਣ ਰਹਿਣ ਦੇ, ਇਹਨਾਂ ਨੂੰ ਕਰਦੇ ਰਹਿਣ ਗੋਹਾ ਕੂੜਾ। ਚੱਲ ਠੀਕ ਆ ਫਿਰ ਮੇਰਾ ਪੁੱਤ, ਹੈਂ ਆ ਜੀ ਫਿਰ। ਚੰਗਾ ਹੋਰ ਦੀਦੀ ਕੀ ਕਰਦੇ? ਬਸ ਕੁਛ ਵੀ ਨਹੀਂ, ਕਰਨਾ ਕੀ ਆ, ਹਾਂ ਮੈਂ ਬੈਠੀ ਹਾਂ। ਅੱਛਾ ਬਾਹਰ ਗਰਮੀ ਲੱਗਣ ਡਈ ਤੇ ਮੈਂ ਠੰਡੇ ਠੰਡੇ ਥਾਂ ਤੇ ਬਵਾਂ ਜਾ ਕੇ ਏਸੀ ਦੀ ਹਵਾ ਲਵਾਂ। ਲੈ ਤੁਹਾਨੂੰ ਤੇ ਨਜ਼ਾਰੇ ਲੱਗੇ ਆ, ਤੁਹਾਡਾ ਘਰ ਬਾਰ ਵਾ, ਜਿੱਦਾਂ ਮਰਜ਼ੀ ਬੋ, ਕੋਈ ਗੱਲਬਾਤ ਹੀ ਨਹੀਂ। ਤੇ ਅਸੀਂ ਨਾਲੇ ਇੰਨਾ ਫੁੱਲ ਕੀਤਾ ਵਾ, ਹੁਣ ਤੇ ਮੌਸਮ ਚੇਂਜ ਹੋਇਆ, ਥੋੜਾ ਘੱਟ ਕਰ ਲੈਣਾ ਹੈ। ਨਹੀਂ ਨਹੀਂ ਇਹੋ ਜਿਹੀ ਗੱਲ ਕੋਈ ਨਹੀਂ ਆ, ਉਹ ਘਰ ਬਾਰ ਤੇ ਆਪਣਾ ਹੀ ਆ, ਪਰ ਭਰਜਾਈਆਂ ਹੀ ਨਹੀਂ ਆਪਣੀਆਂ ਬਣਦੀਆਂ। ਉਹ ਨਾ ਵੇਖ ਹੀ ਲੈ, ਐਡੇ ਵਹਿਮ ਨਾ ਪਾਲਿਆ ਕਰ ਤੂੰ, ਸਾਰਾ ਕੁਝ ਤੁਹਾਡਾ ਵਾ, ਘਰ ਬਾਰ ਤੁਹਾਡਾ, ਜਿੱਦਾਂ ਮਰਜ਼ੀ ਬੋਕ ਲੋ, ਤੁਹਾਨੂੰ ਕਦੀ ਡੱਕਿਆ ਸੀ? ਉਹ ਡੱਕਿਆ ਨਹੀਂ, ਆ ਜਿਹੜਾ ਐਡਾ ਵੱਡਾ ਇਲਜ਼ਾਮ ਲੱਗ ਗਿਆ ਮੇਰੇ ਤੇ, ਕਿੰਨੀ ਬਦਨਾਮੀ ਹੋਈ ਆ, ਤੈਨੂੰ ਵੀ ਪਤਾ ਵਾ ਨਾ। ਗੱਲ ਕਰਿਆ ਤੂੰ ਵੀ ਗੁੱਸਾ ਕਰ ਲੈਨੀ ਆ, ਛੇਤੀ ਨਾਲ ਉਹਦੇ ਕੰਨਾਂ 'ਚ ਵਜਾਜ ਨਹੀਂ ਦੁੰਦਣਾ। ਕੁੜੀ ਲਿਆਂਦੀ ਹੈ ਨਾ, ਕੁੜੀ ਦਾ ਖਰਚਾ ਵੇਖੀ ਗਾਂ ਗਾਂ ਕਿੰਨਾ ਹੋਣਾ ਵਾ, ਕਿੰਨੀਆਂ ਜ਼ਿੰਮੇਵਾਰੀਆਂ ਹੁੰਦੀਆਂ ਬਗਾਨੇ ਧੀ ਪੁੱਤ ਦੀਆਂ। ਜੇ ਇਕੱਲਾ ਕਿਤੇ ਚੱਲ ਵੀ ਗਿਆ ਤਾਂ ਵੀ ਲਾਹਾਂ, ਅਤੇ ਕੱਲ੍ਹ ਨੂੰ ਵਿਆਹ ਹੋਊਗੇ ਅਤੇ ਉਹਦੇ ਥੋੜ੍ਹੇ ਖਰਚੇ ਹੋਣੇ ਆ, ਦਿਨ ਦਿਹਾੜ ਮਿਲੋਗੇ। ਚੱਲ ਦੀਦੀ ਇੱਦਾਂ ਦੀ ਘਰਾਂ 'ਚ ਨਿੱਕੀਆਂ ਮੋਟੀਆਂ ਹੁੰਦੀਆਂ ਰਹਿੰਦੀਆਂ ਹੁੰਦੀਆਂ ਵਾ, ਇੱਧਰੋਂ ਸੁਣ ਕੇ ਇੱਧਰੋਂ ਕੱਢ ਦੇਈਦੀ, ਇੰਨੀ ਨਹੀਂ ਪਰਵਾਹ ਕਰੀਦੀ। ਉਹ ਲੈ ਤੂੰ ਇੰਨੀ ਗੱਲ ਕਹਿਤੀ ਹੈ ਨਾ, ਇੱਧਰੋਂ ਸੁਣ ਕੇ ਤੇ ਇੱਧਰ ਕੱਢ ਦੇਈਦੀ ਆ। ਮੇਰੇ ਦਿਮਾਗ 'ਤੇ ਪਤਾ ਕਿੰਨੀ ਟੈਨਸ਼ਨ ਪਈ ਆ ਵੀ ਮੇਰਾ ਨਾਂ ਲੱਗ ਗਿਆ, ਉਹ ਕੁੜੀ ਚੱਪਾ ਜਿੰਨੀ ਉਹਨੇ ਏਡੀ ਵੱਡਾ ਵੇਹ ਇਲਜ਼ਾਮ ਦਿੱਤਾ, ਤੇ ਜੇ ਉਹ ਕੱਢ ਕੇ ਮੇਰੇ ਬੈਗ 'ਚ ਕਿਤੇ ਪੈਸੇ ਪਾ ਦਿੰਦੀ ਤੇ ਮੈਂ ਤੇ ਗਈ ਸੀ ਨਾ ਆਪਣੇ ਪੇਕਿਆਂ ਤੋਂ, ਨਾ ਮੈਂ ਉਧਰ ਜੋਗੀ ਰਹਿਣਾ ਸੀ ਨਾ ਮੈਂ ਇੱਧਰ ਜੋਗੀ, ਬਦਨਾਮੀ ਮੇਰੀ ਵੱਖਰੀ ਹੋ ਜਾਣੀ ਸੀ। ਜਿੱਥੇ ਤੇਰੇ ਪੈਰਾਂ ਥੱਲੇ ਜ਼ਮੀਨ ਕੱਢਣੀ, ਗਾਲੀ ਤੇਰੀ ਮਰਜ਼ੀ ਆ। ਮੈਂ ਤੈਨੂੰ ਅਜੇ ਵੀ ਸਮਝ ਨਹੀਂ ਆ ਵੀ ਸਮਝ ਜਾ, ਤੇਰਾ ਕਿਹੜਾ ਕੋਈ ਨਿਆਣਾ ਹੋਇਆ ਅਜੇ? ਨਹੀਂ ਨਹੀਂ ਸਮਝ ਗਈ ਦੀਦੀ, ਮੈਂ ਜਿੱਦਾਂ ਤੁਸੀਂ ਕਹੋ ਮੈਂ ਉਦਾਂ ਹੀ ਕਰਨਾ ਹੁਣ। ਆਹ ਤੇ ਹੋਈ ਨਾ ਗੱਲ, ਹਾਂ ਵੇਖ ਇੱਧਰ ਬਾਹਰੋਂ ਪੈਸੇ ਆਉਂਦੇ ਆ, ਤੂੰ ਆਪਣਾ ਜਿੱਦਾਂ ਮਰਜ਼ੀ ਬਣਾ, ਮਤਲਬ ਕਿੰਨਾ ਜਿਹੜਾ ਕੋਠੀ 'ਚ ਰਹੋਗੇ ਸਾਂਝੀ 'ਚ, ਹਾਂਜੀ ਆਪਣੀ ਪਾਏਗੀ ਵੱਖਰੀ ਰਹੇਗੀ ਤੇ ਵੇਖੀ ਰਾਜ ਕਰੇਗੀ ਰਾਜ। ਹੁਣ ਤੂੰ ਜਿੱਦਾਂ ਕਹਿਣਾ ਮੈਂ ਉਦਾਂ ਹੀ ਕਰਨਾ, ਲੈ ਤੂੰ ਵੇਖੀ ਚੱਲ, ਮੈਂ ਜਿੱਦਾਂ ਤੁਸੀਂ ਕਹੋਗੇ ਨਾ ਮੈਂ ਤੁਹਾਡੇ ਮਗਰ ਲੱਗ ਗਈ ਹੁਣ। ਆ ਨਿੱਕੀ ਇੰਨੀ ਵੱਡੀ ਗੱਲ ਵੇਖ ਲਾ, ਲੱਛਣ ਕੁੜੀ ਲੈ ਆਈ ਹੈ ਨਾ, ਹੁਣ ਹੁਣ ਕੁੜੀ ਜਾਣੀ ਥੋੜੀ ਆ, ਕੁੜੀ ਆ ਗਈ ਪੱਕੇ ਪੈਰੀ। ਮੇਰਾ ਤੇ ਧਰਮ ਨਾ ਅੱਜ ਬੀਜੀ ਗਈ ਹੈ ਨਾ ਮੇਰੀ ਮਾਂ, ਤੇ ਮੇਰਾ ਜੀ ਨਹੀਂ ਲੱਗਣ ਡਿਆ ਵੀ ਮੇਰੀ ਮਾਂ ਨਹੀਂ ਇੱਥੇ। ਉਹ ਤੇ ਚੱਲ ਦੀਦੀ ਕੋਈ ਨਹੀਂ, ਹੁਣ ਮੈਂ ਕਹਿ ਬੈਠੀ ਆ ਤੇ ਉਹ ਮੈਨੂੰ ਹੁਣ ਪੈਸੇ ਦੇਣੇ ਪੈਣੇ ਆ, ਚੱਲ ਕੋਈ ਨਹੀਂ ਇੱਕ ਵਾਰੀ ਦਵਾਂਗੀ ਫਿਰ ਪਿਛਾਹ ਹੋ ਜਾਂਗੀ। ਐਵੇਂ ਨੇ ਗਾਂ ਗਾਂ ਹੋ ਕੇ ਇਹਨੇ ਖਰਚੇ ਕਰੀ ਦੇ, ਤੂੰ ਤੇ ਬਹੁਤਾ ਹੀ ਉੱਚੇ ਚੜ੍ਹ ਜਾਂਦੀ ਆ ਅਗਲੇ ਦੇ। ਉਹ ਚੱਲ ਹੁਣ ਮੂੰਹੋਂ ਕੱਢਿਆ ਵਾ, ਹੁਣ ਤੇ ਦੇਣੇ ਪੈਣੇ ਆ, ਫਿਰ ਨਾ ਦਊਂਗੀ। ਮੇਰਾ ਇਰਾਦਾ ਸੀ ਮੈਂ ਨਾ ਪੈਸੇ ਪਾਏ ਆ ਬਾਹਰੋਂ ਭਰਾ ਤੁਹਾਡੇ ਨੇ ਫਿਰ। ਅੱਛਾ ਮੇਰਾ ਇਰਾਦਾ ਇੱਕ ਨਾ ਸੋਹਣੀ ਜੀ ਛਾਪ ਬਣਾਉਣ ਦਾ, ਤਾਂ ਕਰਕੇ ਮੈਂ ਕਹਿੰਦੀ ਸੋਹਣੀ ਲੱਗਦੀ ਹੱਥਾਂ 'ਚ ਪਾਈ। ਆਹੋ ਵੇਖ ਲਾ, ਮੈਂ ਸ਼ਾਬ 24 ਘੰਟੇ ਹੱਥ 'ਚੋਂ ਨਹੀਂ ਲਾਉਂਦੀ। ਦੀਦੀ ਕੀ ਹੋਇਆ ਵਾ, ਕਿੱਥੇ ਗਵਾਚ ਗਏ ਤੁਸੀਂ? ਕੁਛ ਨਹੀਂ ਕੁਛ ਨਹੀਂ ਕੁਛ ਨਹੀਂ।